जिला पुलिस मुखी मंजीत सिंह ढेसी ने बताया कि पंजावा निवासी संदीप सिंह जो की महंतों के पास जाता है और वहीं पर भेंट आदि गाता है, उनके पास ही अरविंदर सिंह उर्फ विक्की भी आता था, जिससे संदीप सिंह ने कुछ समय पहले 40,000 रुपए उधार लिए थे, जिसमें से 5,000 रुपए वापस लौटा दिए थे, लेकिन 35,000 अभी भी बाकी रहता था। बीती 16 जुलाई को विक्की ने संदीप सिंह को फोन कर अपने पास बुलाया, जो की घर जाते हुए बताकर गया था की वह विक्की के पास जा रहा है, लेकिन वहां जाते ही विक्की ने अपने साथियों समेत मिलकर संदीप सिंह का अपहरण कर लिया। उसके फोन से ही उसके घर में फोन कर दिया कि उनसे 1.5 लाख रुपए की फिरौती की मांग की। बार बार उनका फोन आने पर परिवार ने पुलिस के साथ राबता कायम किया। पुलिस ने टीम बनाकर गोविंदपुरा में भेज दिया, जहां पर जैसे ही स्कूटरी पर एक व्यक्ति फिरौती की राशि लेने आया तो सिविल कपड़ों में मौजूद पुलिस कर्मियों ने उसे काबू कर लिया। मेरा नाम संदीप सिंह है। मैं सर पहले तो इतों आपके पिंड तो मानसा गया सी माई को मानता को मैंने फोन करी है जो विक्की है जी माड़ी मोटी लिहाज से मेरी पहला जी ये मानता को आता से मैं भी जाता सी जी माड़ी मोटी लिहाज से मैंने फोन करी है कहना कि संदीप आप कि रिश्तेदारी से जाकर आना काम कोई मैं तो बुला के जी उ मैंने आपके पिंड इतने जी अपने पिंड का ना ही मैं शहर से छोटा जहा वो शहर के आ गया जी ਉੱਥੋਂ ਆ ਕੇ ਸਾਨੂੰ ਮੈਨੂੰ ਤਾਂ ਸੁਖਪ੍ਰੀਤ ਨੇ ਜੀ ਮੋਟਰਸਾਈਕਲ ਦਾ ਅੱਗੇ ਭਾ ਕੇ ਲੈ ਗਿਆ ਜੀ ਆਪਦੇ ਵੇਲੇ 'ਤੇ ਅਤੇ ਪਿੱਛੇ ਇੱਕ ਮੋਟਰਸਾਈਕਲ ਉਹਨਾਂ ਦਾ ਸਾਨੂੰ ਵੀ ਪਤਾ ਸੀ ਵੀ ਇਹਦੇ ਨਾਲ ਦੀ ਹੈ ਜੀ ਇਹਨੇ ਲਿਜਾ ਕੇ ਘਰ ਸਾਨੂੰ ਜੀ ਰੋਟੀ ਪਾਣੀ ਖਵਾਇਆ ਰਾਤ ਨੂੰ ਪਾ ਤਾ ਸਾਨੂੰ ਜੀ ਤੜਕੇ ਅਸੀਂ ਜਾਣਾ ਸੀ ਅੱਗੇ ਜੀ ਬਰਨਾਲੇ ਜਾਣਾ ਸੀਗਾ ਉਹ ਜਿਹੜਾ ਸੁਖਪ੍ਰੀਤ ਆ ਉਹਦੀ ਲੜਕੀ ਦਾ ਬਰਥਡੇ ਸੀਗਾ ਉੱਥੇ ਜਾਣਾ ਸੀਗਾ ਜੀ ਅਸੀਂ ਤਿਆਰ ਹੋਣ ਲੱਗ ਗਏ ਜੀ ਉੱਠ ਕੇ ਸੁਬਹ ਜੀ ਇਹਨੇ ਜੀ ਇਹਨੇ 4 ਬੰਦੇ ਬੁਲਾਏ ਉਹਨਾਂ ਨੇ ਪਿਸਟਲ ਲਿਆ ਕੇ ਰੱਖ ਦਿੱਤੇ ਸਾਡੇ 4 ਸ਼ਗੇਰੇ ਫਿਰ ਇਹਨਾਂ ਨੇ ਬਹੁਤ ਪਿਸਟਲ ਸੀ ਚਾਰ ਜਣਿਆਂ ਨੇ ਪਿਸਟਲ ਉਹ 7 ਜਣੇ ਸੀਗੇ ਜੀ ਅਤੇ ਬਾਅਦ ਮੈਨੂੰ ਕਹਿੰਦੇ ਵੀ ਤੂੰ ਫੋਨ ਲਾ ਦੇ ਭਰਾ ਨੂੰ ਵੀ 1.5 ਲੱਖ ਰੁਪਇਆ ਲੈ ਕੇ ਇੱਥੇ ਆ ਜੇ ਅਤੇ ਨਹੀਂ ਅਸੀਂ ਤੁਹਾਨੂੰ ਦੋਵਾਂ ਨੂੰ ਮਾਰ ਦਾਂਗੇ ਅਤੇ ਮੈਂ ਇੱਕ ਵਾਰੀ ਆਪਦੇ ਭਰਾ ਨਾਲ ਗੱਲ ਕੀਤੀ ਜੀ 2 ਵਾਰੀ ਕਰਾਤੀ ਇਹਨਾਂ ਨੇ ਗੱਲ ਤੀਜਾ ਜੀ ਤਾਂ ਫੋਨ ਫੜ ਲਏ ਸਾਡੇ ਮੁੜ ਕੇ ਯਾਰ ਨਾ ਜੀ ਪਹਿਲਾਂ ਕੋਈ ਨਹੀਂ ਇਹੋ ਜਿਹਾ ਸੀਗਾ ਬਸ ਅਸੀਂ ਵੈਸੇ ਉਹ ਘਰੇਲੂ ਮਾੜਾ ਮੋਟਾ ਵਰਤਦੇ ਸੀ ਆਉਂਦੇ ਸੀ ਇੱਕ ਦੂਜੇ ਕੋਲ ਮੈਂ ਤਾਂ ਗਿਆ ਵੀ ਨਹੀਂ ਇਹਦੇ ਕੋਲ ਪਿੰਡ ਕਦੇ ਇਹੀ ਆਉਂਦਾ ਸੀ ਹਾਂਜੀ ਹਾਂਜੀ ਸਰ ਉਹ ਤਾਂ ਸਾਡਾ ਮੈਂ ਕਹਿ ਲੈਣਾ ਵੀ ਮੈਂ ਤਾਂ ਇਹਨੂੰ ਕਿਹਾ ਸੀਗਾ ਮੈਂ ਫੋਨ 'ਤੇ ਮੈਨੂੰ ਫੋਨ ਕੀਤਾ ਸੀ ਨਾ ਵੀ ਪੈਸੇ ਦੇ ਦੇ ਮੇਰੇ ਜਿਹੜਾ 35,000 ਰਹਿੰਦਾ 5,000 ਮੈਂ ਦੇ ਦਿੱਤਾ ਸੀਗਾ ਜੀ 40 ਲਿਆ ਸੀ ਉੱਥੇ ਮੈਂ 5 ਦਿੱਤਾ ਸੀਗਾ ਅਤੇ ਮੈਂ ਇਹਨੂੰ ਕਿਹਾ ਸੀਗਾ ਵੀ ਮੈਂ ਤੈਨੂੰ ਮਤਲਬ ਮਹੀਨੇ ਤੱਕ ਮੋੜ ਦੂੰਗਾ ਜੇ ਮੇਰੀ ਸੈਟਿੰਗ ਨਹੀਂ ਨਹੀਂ ਮੁੜਦੇ ਮੇਥੋਂ ਅਤੇ ਬਸ ਇੰਨੀ ਗੱਲ ਜੀ ਇਹਨੇ ਬੁਲਾ ਕੇ ਮੈਨੂੰ ਉੱਥੇ ਕਹਿੰਦਾ ਪਰ ਰਿਸ਼ਤੇਦਾਰੀ 'ਚ ਆ ਕਹਿੰਦਾ ਮੈਨੂੰ ਵੀ ਪਤਾ ਸੀਗਾ ਜੀ ਆਹ ਕੰਮ ਕਰਨਗੇ ਫਿਰ ਸਾਨੂੰ ਕੁੱਟਮਾਰ ਕੀਤੀ ਇਹਨਾਂ ਨੇ ਜਲੀਲ ਕੀਤਾ ਜੀ ਇਹ ਪਤਾ ਨਹੀਂ ਕੀ ਲੈ ਕੇ ਬਰਗਰਾਂ ਜਿਹੜੇ ਬਰਗਰ ਪਲੇਟ ਦਿੰਦੇ ਆਪਾਂ ਉੱਤੇ ਜੀ ਨਸ਼ਾ ਪਿਆਉਂਦੇ ਰਹੇ ਸਾਨੂੰ ਇਹ ਕੁੱਟ ਕੇ ਇਹਨੇ ਬਸਤੌਲ ਰੱਖਾ ਜੀ ਉਹ ਮੁੰਡਾ ਜਿਹੜਾ ਸੁੱਖਾਂ ਦਾ ਵੀ ਮੰਗੂਲੀ ਮਾਰੂੰਗਾ ਤੇਰੇ ਅਤੇ ਨਹੀਂ ਆ ਸੁੰਘਾ ਮੈਂ ਕਿਹਾ ਵੀ ਸਾਨੂੰ ਤਾਂ ਪਤਾ ਹੀ ਨਹੀਂ ਇਹਦੇ ਬਾਰੇ ਪਹਿਲਾਂ ਉਹਨੇ ਪਹਿਲਾਂ ਆਪ ਸੁੰਘਾ ਜੀ ਫਿਰ ਸਾਨੂੰ ਸੁੰਘਾਉਂਦਾ ਰਿਹਾ ਪਰ ਇਹ ਇੱਕ 2 ਵਾਰੀ ਸੁੰਘਾ ਜਦੋਂ ਮੈਨੂੰ ਦਿਮਾਗ ਜਿਹਾ ਪੁੱਠਾ ਜਿਹਾ ਹੋਣ ਲੱਗ ਗਈ ਮੈਂ ਕਿਹਾ ਤੂੰ ਗੋਲੀ ਮਾਰ ਦੇ ਪਰ ਮੈਂ ਨਹੀਂ ਸੁੰਘਦਾ ਮਹੰਤਾ ਕੋਲ ਹੀ ਹੁੰਦਾ ਸੀਗਾ ਜੀ ਉਹ ਵਿੱਚ ਇਹ 7 ਜਣੇ ਸੀ ਚਾਰ ਜਣਿਆਂ ਕੋਲ ਹਥਿਆਰ ਸੀ ਨਾ ਇਹ ਕੱਲ੍ਹ ਸਾਨੂੰ 17/7 ਨੂੰ ਇਤਲਾਹ ਮਿਲੀ ਥਾਣਾ ਲੰਬੀ ਦੇ ਵਿੱਚ ਕਿ ਸੰਦੀਪ ਨਾਂ ਦਾ ਲੜਕਾ ਹੈਗਾ ਉਹਦੇ ਮਦਰ ਫਾਦਰ ਨੇ ਇਤਲਾਹ ਦਿੱਤੀ ਕਿ ਉਸ ਬੱਚੇ ਦਾ ਟੈਲੀਫੋਨ ਆ ਰਿਹਾ ਮੋਬਾਈਲ ਤੋਂ ਉਹਦੇ ਮੋਬਾਈਲ ਤੋਂ ਕਿ ਵੀ ਆਪਣੇ ਬੱਚੇ ਨੂੰ ਬਚਾਉਣਾ ਮੁੰਡੇ ਨੂੰ ਤਾਂ 1.5 ਲੱਖ ਰੁਪਇਆ ਲੈ ਕੇ ਬਰੇਟਾ ਏਰੀਆ ਪੈਂਦਾ ਜੀ ਮਾਨਸੇ 'ਚ ਵੀ ਉੱਥੇ ਪਹੁੰਚ ਜਾਓ ਤਾਂ ਉਹ ਥਾਣੇ ਆ ਕੇ ਉਹਨਾਂ ਨੇ ਦੱਸਿਆ ਉਸ ਤੋਂ ਪ੍ਰੋਂਪਟਲੀ ਜਿਹੜਾ ਪੁਲਿਸ ਨੇ ਉਸੇ ਵੇਲੇ SHO ਲੰਬੀ ਉਸੇ ਵੇਲੇ ਇਤਲਾਹ ਦਿੱਤੀ ਸਾਨੂੰ ਔਰ SPD ਜਿਹੜੇ ਹੈਗੇ ਸਾਡੇ ਉਹਨਾਂ ਨੇ ਉਸੇ ਵੇਲੇ ਫੌਰੀ ਇੰਚਾਰਜ CIA ਨੂੰ ਨਾਲ ਸਾਰੀ ਟੀਮ ਭੇਜ ਕੇ ਉਸੇ ਵੇਲੇ ਜਿਹੜੀ ਉਹਦੇ ਕੁਛ ਟੈਕਨੀਕਲ ਡਿਟੇਲਸ ਲੈ ਕੇ ਉਸ ਏਰੀਏ ਦੀਆਂ ਉਹ ਜਿਹੜੇ ਮੋਬਾਈਲ ਤੋਂ ਜਿੱਥੋਂ ਕਾਲ ਕਰ ਰਿਹਾ ਸੀਗਾ ਉਸ ਉੱਥੇ ਫੌਰੀ ਜਾ ਕੇ ਰਸ਼ ਕੀਤਾ ਉਹਨਾਂ ਨੇ ਸ਼ਾਮ ਦੇ ਵੇਲੇ ਰਾਤ ਤੱਕ ਤਾਂ ਉਸ ਏਰੀਏ 'ਚ ਜਿੱਥੇ ਉਹ ਲੜਕੇ ਨੂੰ ਉਹਦੇ ਭਰਾ ਨੂੰ ਜਿਹੜਾ ਹੈਗਾ ਸੰਦੀਪ ਦੇ ਨੂੰ ਨਾਲ ਲੈ ਗਏ ਉਹਦੇ ਨਾਲ ਲਗਾਤਾਰ ਗੱਲਬਾਤ ਜਾਰੀ ਰੱਖੀ ਔਰ ਉੱਥੇ ਜਾ ਕੇ ਮੌਕੇ 'ਤੇ ਜਿੱਥੋਂ ਉਹਨੇ ਏਰੀਆ ਦੱਸਿਆ ਵੀ ਬਰੇਟੇ ਏਰੀਏ ਦੇ ਨੇੜੇ ਉੱਥੇ ਫਾਟਕ ਹੈਗਾ ਆ ਗੋਬਿੰਦਪੁਰਾ ਵਿਲੇਜ ਦੇ ਕੋਲ ਉੱਥੇ ਜਾ ਕੇ ਜਦੋਂ ਉਹ ਲੜਕਾ ਆ ਗਿਆ ਲੈਣ ਲਈ ਵੀ ਫਰੌਤੀ ਵਾਲੀ ਰਕਮ ਜੀ ਉੱਥੋਂ ਲੈਣ ਪਹੁੰਚਿਆ ਤਾਂ ਉੱਥੇ ਜਿਹੜਾ ਹੈਗਾ ਉਹ ਪੁਲਿਸ ਨੇ ਉਹਨੂੰ ਪਕੜ ਲਿਆ ਔਰ ਉਹਦੀ ਨਿਸ਼ਾਨਦੇਹੀ ਤੋਂ ਫਿਰ ਜਿਹੜਾ ਹੈਗਾ ਅਕਿਊਜ਼ ਦੇ ਘਰੋਂ ਜਿਹੜੇ ਹੈਗੇ ਇਹਨੂੰ ਮੁੰਡੇ ਨੂੰ ਰੈਸਕਿਊ ਕਰ ਲਿਆ ਔਰ ਜਿਹੜੇ ਦੋਸ਼ੀ ਹੈਗੇ ਆ ਇਹਦੇ ਵਿੱਚ 4 ਦੋਸ਼ੀ ਆ ਇੱਕ ਪ੍ਰਦੀਪ ਹੈਗਾ ਜਿਹੜਾ ਮੌਕੇ ਤੋਂ ਫੜਿਆ ਗਿਆ 3 ਦੋਸ਼ੀ ਹੋਰ ਆ ਜਿਹੜੇ ਫੜਨੇ ਆ ਜਿਹੜਾ ਰਜਿੰਦਰ ਸਿੰਘ ਹੈ ਔਰ ਇੱਕ ਹੈਗਾ ਜੀ ਸੁੱਖਾ ਔਰ ਇੱਕ ਵਿੱਕੀ ਇਹ ਰਜਿੰਦਰ ਦੇ ਕੋਲ ਜੋ ਦੱਸਣ 'ਚ ਆ ਰਿਹਾ ਹੈਗਾ ਪੁੱਛ ਕੇ 'ਚ ਆ ਰਿਹਾ ਵੈਪਨ ਵੀ ਹੈਗਾ ਇਹਨਾਂ ਦਾ ਜਿਹੜਾ ਇਹਨਾਂ ਨੂੰ ਫਰਦਰ ਜਿਹੜੀ ਹੈਗੀ ਇਹਦੀ ਤਫਤੀਸ਼ ਕਿਉਂਕਿ ਹਾਲੇ ਇਹਨਾਂ ਨੂੰ ਅਰੈਸਟ ਕੀਤਾ ਫਰਦਰ ਇਨਵੈਸਟੀਗੇਸ਼ਨ ਅਸੀਂ ਕਰਦੇ ਪਏ ਹਾਂ
ਔਰ ਜਿਹੜੇ ਵੈਪਨ ਬਾਰੇ ਔਰ ਜਿਹੜੇ ਬਾਕੀ ਬੰਦਿਆਂ ਤੋਂ ਹੋਰ ਕੀ ਚੀਜ਼ਾਂ ਪਤਾ ਲੱਗਣਗੀਆਂ ਉਹ ਅਸੀਂ ਫਰਦਰ ਤੁਹਾਨੂੰ ਫੋਲੋ ਕਰਾਂਗੇ। ਸਰ ਇਹਨੂੰ ਕਿੱਥੋਂ ਕਿਡਨੈਪ ਕੀਤਾ ਗਿਆ? ਇਹ ਲੰਬੀ ਦੇ ਲੰਬੀ ਤਾਂ ਇਹ ਚਲੇ ਗਿਆ ਸੀ, ਇਹਨੂੰ ਰਸਤੇ 'ਚ ਇਹਨੂੰ ਕਾਲ ਆਈ, ਇਹਨੂੰ ਇਹਨਾਂ ਨੂੰ ਕਾਲ ਆਈ, ਇਹਨੂੰ ਬੰਦਾ ਪਹਿਲਾਂ ਕੋਈ ਮੁੰਡਾ ਜਾਣਦਾ ਸੀਗਾ ਲੜਕਾ, ਇਹ ਉਹਨਾਂ ਦੇ ਕੋਲ ਚਲਾ ਗਿਆ, ਉਹਨਾਂ ਨੇ ਉੱਥੇ ਇਹਨੂੰ ਬਿਠਾ ਲਿਆ। ਫਿਰ ਇਹਨੂੰ ਪੁੱਛਿਆ ਵੀ ਤੈਨੂੰ ਕਿਉਂ ਬਿਠਾਇਆ, ਇੱਦਾਂ ਕਿੱਦਾਂ, ਤੇਰੇ ਨਾਲ ਕੀ ਵਾਕਫੀ ਸੀ, ਹੋਰ ਡਿਟੇਲ ਚੈੱਕ ਕੀਤੀ ਇਹਦਾ, ਇਹਦੇ ਉਹਨਾਂ ਕੋਲ ਕੁਛ ਪੈਸਿਆਂ ਦਾ ਸੀਗਾ ਮਾਮਲਾ, ਪਰ ਇਹਨਾਂ ਨੇ ਕੀ ਪਲਾਨ ਕਰ ਲਿਆ ਕਿ ਇਹਨੂੰ ਬਿਠਾ ਕੇ ਇਹਨੂੰ ਇੱਥੇ, ਉਹਨਾਂ ਕੋਲ ਵੈਪਨ ਸੀਗਾ ਵੀ ਅਸੀਂ ਪੈਸੇ ਉਹਦੇ ਕੋਲ 35,000 ਰੁਪਈਆ ਇਹਨਾਂ ਨੇ ਜਿਹੜਾ ਹੈਗਾ ਲਿਆ ਹੋਇਆ ਸੀਗਾ ਇਸ ਲੜਕੇ ਨੇ, ਉਹਨਾਂ ਨੇ 1.5 ਲੱਖ ਰੁਪਈਏ ਦਾ ਇਹ ਪਲਾਨ ਰਚਾ ਕੇ ਵੀ ਇਹਦੇ ਕੋਲ ਪੈਸੇ ਇੱਦਾਂ ਇਹਨੂੰ ਕਰਕੇ ਆਪਾਂ ਇਹਨੂੰ, ਤਾਂ ਉਹਨਾਂ ਬੰਦੇ ਬੁਲਾ ਲਏ ਕੋਈ, ਇਹ ਹੁਣ ਜਿਹੜੇ ਇਹ ਬੰਦੇ ਹੈਗੇ ਆ ਇਹਨਾਂ ਦੀ ਬੈਕਗਰਾਉਂਡ ਚੈੱਕ ਕਰਨ ਵਾਲੀ ਕਿ ਕੋਈ ਕਿੱਦਾਂ ਦੇ ਸੀਗੇ ਜਿਹਨਾਂ ਕੋਲ ਵੈਪਨ ਹੈਗਾ, ਜਿਹੜਿਆਂ ਨੇ ਹੋ ਸਕਦਾ ਕੋਈ ਇੱਦਾਂ ਦੀ ਜਿਹੜੇ ਇੱਦਾਂ ਦਾ ਪਲਾਨ ਕੀਤਾ ਕੱਲ੍ਹ ਨੂੰ ਕੋਈ ਹੋਰ ਵੱਡੀ ਵਾਰਦਾਤ ਵੀ ਪਲਾਨ ਕਰ ਸਕਦੇ ਆ। ਸੋ ਸਾਰਾ ਪੁਲਿਸ ਨੇ 10 ਘੰਟਿਆਂ ਦੇ ਵਿੱਚ ਸਾਰਾ ਜਿਹੜਾ ਹੈਗਾ ਉਹਨੂੰ ਮੁੰਡੇ ਨੂੰ ਰਿਕਵਰ ਕਰ ਲਿਆ। ਦੇਸ਼ ਵਿਦੇਸ਼ ਟੀਵੀ ਕੇ ਲਈ ਸ਼੍ਰੀ ਮੁਕਤਸਰ ਸਾਹਿਬ ਸੇ ਤਰਸੇਮ ਢੁੱਡੀ ਕੀ ਰਿਪੋਰਟ। ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਯੂਟਿਊਬ ਚੈਨਲ ਦੇਸ਼ ਵਿਦੇਸ਼ ਟੀਵੀ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕੀਤਾ ਜਾਵੇ। ਸੋਹਣੇ ਪੁੱਤਾਂ ਦਾ ਮਾਂ ਨੂੰ ਫਕਰ ਹੁੰਦਾ ਹੈ, ਮਾਂ ਪੁੱਤਾਂ ਨੂੰ ਵੇਖ ਕੇ ਫੁੱਲ ਜਾਂਦੀ, ਧੀਆਂ ਹੋਣ ਕਮਾਂਦਰੂ ਜਿਸ ਘਰ ਵਿੱਚ ਉਸ ਮਾਂ ਦੀ ਲਾਟਰੀ ਖੁੱਲ ਜਾਂਦੀ। ਪਤਾ ਲੱਗਦਾ ਵਤਨ ਤੇ ਯੋਧਿਆਂ ਦਾ ਜਦੋਂ ਹਨੇਰੀ ਕੋਈ ਵਤਨ ਤੇ ਝੁੱਲ ਜਾਂਦੀ, ਉਸ ਕੌਮ ਦਾ ਬੇੜਾ ਗਰਕ ਸਮਝੋ ਜਿਹੜੀ ਕੌਮ ਨਸ਼ਿਆਂ ਵਿੱਚ ਰੁੜ ਜਾਂਦੀ। ਬਿਲਕੁਲ ਜੀ, ਅੱਜ ਕੱਲ੍ਹ ਸਾਡਾ ਪੰਜਾਬ ਨਸ਼ੇ ਦੀ ਦਲਦਲ ਦੇ ਵਿੱਚ ਫਿਰ ਦੁਬਾਰਾ ਤੋਂ ਫਸ ਗਿਆ, ਔਰ ਸਾਡੇ ਨੌਜਵਾਨ ਲੜਕੇ ਲੜਕੇ ਤਾਂ ਛੱਡੋ ਜੀ, ਵਿੱਚੇ ਲੜਕੀਆਂ ਵੀ ਅੱਜ ਕੱਲ੍ਹ ਚਿੱਟਾ ਸਮੈਕ ਇਹੋ ਜਿਹੇ ਗੰਦੇ ਗੰਦੇ ਨਸ਼ੇ ਕਰਕੇ ਅੱਜ ਕੱਲ੍ਹ ਕਿੰਨੀਆਂ ਜਾਨਾਂ ਜਾ ਰਹੀਆਂ ਨੇ। ਮੈਂ ਤੁਹਾਡੇ ਸ਼ਹਿਰ ਦੇ ਵਿੱਚ ਆ ਰਿਹਾ ਜੀ ਇੱਕ ਬਹੁਤ ਹੀ ਨਵੇਂ ਤਰੀਕੇ ਦੇ ਨਾਲ ਔਰ ਇੱਕ ਬਹੁਤ ਹੀ ਨਵੇਂ ਅੰਦਾਜ਼ ਦੇ ਨਾਲ ਸੰਗੀਤ ਦੇ ਜ਼ਰੀਏ ਸਾਰਿਆਂ ਨੂੰ ਸਮਝਾਵਾਂਗੇ ਕਿ ਇਹ ਨਸ਼ੇ ਦਾ ਕੋੜ ਸਾਨੂੰ ਕਿਹੜੇ ਪਾਸੇ ਲੈ ਕੇ ਜਾ ਰਿਹਾ। ਸੋ ਜੀ ਤੁਸੀਂ ਮੈਨੂੰ ਫੋਨ ਕਰੋ ਔਰ ਮੈਂ ਤੁਹਾਡੇ ਸ਼ਹਿਰ ਦੇ ਵਿੱਚ ਆਵਾਂਗਾ, ਤੁਹਾਡਾ ਅਸੀਂ ਕੋਈ ਖਰਚਾ ਨਹੀਂ ਕਰਾਉਣਾ ਹੈਗਾ, ਹੋਰ ਤਾਂ ਹੋਰ ਜੀ ਹੋਟਲਾਂ ਵਿੱਚ ਰਹਿਣ ਦਾ ਖਰਚਾ ਰੋਟੀ ਪਾਣੀ ਦਾ ਖਰਚਾ ਵੀ ਉਹ ਸਾਰਾ ਮੇਰਾ ਆਪਣਾ ਹੋਏਗਾ। ਔਰ ਮੇਰਾ ਮੋਬਾਈਲ ਨੰਬਰ ਹੈਗਾ ਜੀ 98-885-77-438। ਜੇ ਤੁਸੀਂ ਆਪਣੇ ਰੰਗਲੇ ਪੰਜਾਬ ਨੂੰ ਇਸ ਨਸ਼ੇ ਦੀ ਦਲਦਲ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਤਰੀਕੇ ਦੀ ਮੁਹਿੰਮ ਛੇੜੋ ਔਰ ਸੰਗੀਤ ਦੇ ਜ਼ਰੀਏ ਮੈਂ ਤੁਹਾਡੇ ਸ਼ਹਿਰ ਦੇ ਵਿੱਚ ਆਵਾਂਗਾ, ਤੁਸੀਂ ਇੱਕ ਵਾਰੀ ਮੈਨੂੰ ਫੋਨ ਕਰੋ। ਕਹਿੰਦੇ ਇੱਕ ਅੰਮ੍ਰਿਤ ਦੀ ਬੂੰਦ ਹੀ ਕਾਫੀ ਅੱਗ ਬੁਝਾਵਣ ਲਈ, ਇੱਕ ਅੰਮ੍ਰਿਤ ਦੀ ਬੂੰਦ ਹੀ ਕਾਫੀ ਅੱਗ ਬੁਝਾਵਣ ਲਈ, ਇੱਕੋ ਸਿਰ ਹੀ ਕਾਫੀ ਹੁੰਦਾ ਕੌਮ ਜਗਾਵਣ ਲਈ। ਬਸ ਜ਼ਿਆਦਾ ਭੀੜ ਨਹੀਂ ਚਾਹੀਦੀ ਜੀ, 20-25 ਮੁੰਡੇ ਮੇਰੇ ਨਾਲ ਜੁੜ ਜਿਓ ਔਰ ਦੇਖਿਓ ਤੁਹਾਡੇ ਸ਼ਹਿਰ ਦੇ ਵਿੱਚ ਆ ਕੇ ਐਸੀ ਲਹਿਰ ਜਗਾਵਾਂਗੇ ਕਿ ਹਰ ਇੱਕ ਬੰਦਾ ਨਸ਼ੇ ਤੋਂ ਤੌਬਾ ਕਰ ਜਾਏਗਾ। ਰੰਗਲੇ ਪੰਜਾਬੀ ਨਸ਼ਿਆਂ ਨੇ ਮਾਰ ਕੇ ਗੱਭਰੂ